ਕਿਸਾਨ ਦੋਸਤੋ ਅਸੀਂ ਕਣਕ ਦੀ ਬਿਜਾਈ ਭਾਵੇਂ ਸਧਾਰਨ ਤਰੀਕੇ ਨਾਲ ਅੱਗ ਲਾ ਕੇ ਕਰੀਏ ਚਾਹੇ ਤੁਸੀਂ ਰੋਟਾ ਵਿਟਨਾ ਬੀਜ ਰਹੇ ਹੋ ਚਾਹੇ ਹੈਪੀ ਸੀਡਰ ਦੇ ਨਾਲ ਚਾਹੇ ਸੁਪਰ ਸੀਡ ਕਣਕ ਦੇ ਬੀਜ ਦੀ ਜਿਹੜੀ ਗਹਿਰਾਈ ਹੈ ਕਣਕ ਦਾ ਵੀ ਕਿੰਨਾ ਪਾਇਆ ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੇ ਕਣਕ ਡੂੰਘੀ ਬੀਜੀ ਗਈ ਨਾ ਤਾਂ ਸਮਝ ਲਓ ਕਿ 8-10 ਦਿਨ ਕਣਕ ਲੇਟ ਹੋ ਗਈ ਹੈ ਕਣਕ ਦਾ ਫਟਾਰ ਵੀ ਘਟ ਹੋਏਗਾ ਤੇ ਆਖਰ ਤੇ ਝਾੜ ਤੇ ਵੀ ਫਰਕ ਪਏਗਾ ਇਹਦੇ ਕਰਕੇ ਸਹੀ ਡੰਗਾਈ ਤੇ ਕਣਕ ਬੀਜਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਇਸੇ ਵਿਸ਼ੇ ਤੇ ਮੈਂ ਗੱਲ ਕਰਦਾ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਕਲ ਮਰਖਾਈ ਪਤੇ ਦੀ ਸਾਂਝ ਪਾਉਣੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਕੁਝ ਡਾਟਾ ਦੇਖੋ ਪਹਿਲਾਂ ਕਿਉਂਕਿ ਬਜਾਈ ਕਿੰਨੀ ਡੰਗਾਈ ਤੇ ਕਰਨੀ ਹੈ ਇਹਦੇ ਨਾਲੋਂ ਇਹ ਜਾਨਣਾ ਜ਼ਰੂਰੀ ਹੈ ਕਿ ਜੇਕਰ ਡੰਗਾਈ ਦੇ ਵੱਧ ਹੋ ਜਾਂਦੀ ਤਾਂ ਨੁਕਸਾਨ ਕੀ ਹੁੰਦਾ ਹੈ ਇੱਕ ਫੀਲਡ ਕ੍ਰੌਪਸ ਜਰਨਲ ਹੈ ਇਹਦਾ 9 ਨੰਬਰ ਵੋਲੀਅਮ ਹੈ ਤੇ ਪੇਜ ਨੰਬਰ 151 ਤੋਂ 162 ਹੈ ਇਹਦੇ ਵਿੱਚ ਇਹਨਾਂ ਨੇ ਇੱਕ ਸੱਚ ਪੇਪਰ ਪਬਲਿਸ਼ ਕੀਤਾ ਸੀਗਾ ਕਿ ਵੀ ਜੇਕਰ ਅਸੀਂ 5 ਸੈਂਟੀਮੀਟਰ ਮਤਲਬ ਕਿ 2 ਇੰਚ ਤੋਂ ਡੰਗਾਈ ਜ਼ਿਆਦਾ ਵਧਾਉਣੇ ਹੈ ਮੇਰੇ ਪੰਜ ਸੈਂਟੀਮੀਟਰ ਤੋਂ 20 ਸੈਂਟੀਮੀਟਰ ਤੱਕ ਡੰਗਾਈ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਜਿਵੇਂ ਜਿਵੇਂ ਤੁਹਾਡੀ ਡੰਗਾਈ ਵਧਦੀ ਜਾਂਦੀ ਹੈ ਓਵੇਂ ਓਵੇਂ ਜਿਹੜਾ ਹੈਗਾ ਤੁਹਾਡਾ ਜਿਹੜਾ ਝਾੜ ਹੈ ਉਹ ਘਟਦਾ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਸੀਂ ਡੰਗਾਈ ਵਧਾ ਦਿੰਨੇ ਆ ਤਾਂ ਤੁਹਾਡੀ 39% ਲਗਭਗ 40% ਝਾੜ ਘਟ ਜਾਂਦਾ ਹੈ ਤੇ ਬੂਟਿਆਂ ਦੀ ਉਗਣ ਸ਼ਕਤੀ 71% ਤੱਕ ਪ੍ਰਭਾਵਿਤ ਹੋ ਸਕਦੀ ਹੈ ਜੇਕਰ ਕੋਈ ਕਣਕ ਦੀ ਬਜਾਈ ਦੇ ਵਿੱਚ ਪਛੇਤਾ ਹੋ ਗਿਆ ਹੈ ਤੇ ਪਛੇਤੀ ਬਜਾਈ ਡੂੰਗੀ ਕਰ بیٹھا ਹੈ ਤਾਂ ਉੱਥੇ ਜਿਹੜਾ ਹੈਗਾ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਕਿਉਂਕਿ ਕਈ ਵਾਰੀ ਤਾਪਮਨ ਇੰਨੇ ਕੋ ਡਿੱਗ ਪੈਂਦੇ ਹੈ ਕਿ ਡੂੰਗੀ ਵਿਜੀ ਕਣਕ ਉਗਦੀ ਹੀ ਨਹੀਂਗੀ ਇਹਦੇ ਕਰਕੇ ਕਣਕ ਦੀ ਡੰਗਾਈ ਇਹਨਾਂ ਨੇ ਕਿਹਾ ਕਿ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਜੇਕਰ ਨਹੀਂ ਹੋਏਗੀ ਤਾਂ ਨੁਕਸਾਨ ਹੋਏਗਾ ਹਾਂ ਇੱਕ ਚੀਜ਼ ਦਾ ਧਿਆਨ ਇਹ ਰੱਖਣਾ ਕਿਉਂਕਿ ਜੇ ਸਾਡਾ ਖੇਤ ਚੰਗੇ ਤਰੀਕੇ ਨਾਲ ਨਹੀਂ ਬਣਿਆ ਜਿਵੇਂ ਹੁਣ ਕਈ ਕਿਸਾਨ ਪਰਾਲੀ ਦੇ ਵਿੱਚ ਆਪਾਂ ਕਹਿੰਨੇ ਕਿ ਬੀਜ ਦੇ ਤੁੱਥ-ਮੁੱਥ ਜਾ ਕਰਕੇ ਨਾ ਜਿਵੇਂ ਮਰਜ਼ੀ ਬੀਜ ਦੇ ਕੋਈ ਨਹੀਂ ਕਿਤੇ ਕਿਤੇ ਢੇਲੇ ਬਣ ਜਾਣਗੇ ਤਾਂ ਜੇ ਖੇਤ ਸਹੀ ਤਰੀਕੇ ਨਾਲ ਤਿਆਰ ਨਹੀਂ ਹੋਇਆ ਤਾ ਪਤਾ ਵੀ ਕੋਈ ਵੀ ਡੂੰਗਾ ਜਾ ਸਕਦਾ ਹੈ ਕੋਈ ਉੱਚਾ ਰਹਿ ਸਕਦਾ ਕੋਈ ਨੀਵਾ ਰਹਿ ਸਕਦਾ ਤੇ ਉਹ ਸਥਿਤੀ ਦੇ ਵਿੱਚ ਬੀਜ ਦੀ ਮਾਤਰਾ ਵਧਾਉਣੀ ਜ਼ਰੂਰੀ ਹੋ ਜਾਂਦੀ ਹੈ ਠੀਕ ਹੈ ਜੀ ਇੱਕ ਸਟੱਡੀ ਹੋਈ ਹੈ 2004 ਤੋਂ ਲੈ ਕੇ 2006 ਤੱਕ 2004 ਦੇ ਵਿੱਚ 2005 ਤੇ 2006 ਤਿੰਨ ਸਾਲ ਲਗਾਤਾਰ ਇਹ ਸਟੱਡੀ ਹੋਈ ਹੈ ਜਿਹਦੇ ਵਿੱਚ 3 5 7 ਤੇ 9 ਸੈਂਟੀਮੀਟਰ ਡੂੰਘਾਈ ਤੇ ਬੀਜ ਕੇ ਦੇਖੀ ਕਣਕ ਤਾ ਇਹ ਦੇਖਿਆ ਗਿਆ ਕਿ ਜਿਹੜੀ ਕਣਕ 5 ਸੈਂਟੀਮੀਟਰ ਮਤਲਬ ਕਿ 2 ਇੰਚ ਡੂੰਘੀ ਵਿਜੀ ਗਈ ਉਸ ਕਣਕ ਦਾ ਝਾੜ ਸਭ ਤੋਂ ਵੱਧ ਆਇਆ ਹੁਣ ਇੱਥੇ ਜੇਕਰ ਬਾੜੀ ਉੱਚੀ ਕਣਕ ਦੇ ਇਹਨਾਂ ਨੇ ਗੱਲ ਕੀਤੀ ਹੈ ਕਿ ਜਿਹੜੀ 3 ਸੈਂਟੀਮੀਟਰ ਤੇ ਵਿਜੀ ਹੈ ਉਹਦਾ ਝਾੜ 19.9% ਘੱਟ ਸੀਗਾ ਜਿਹੜੀ ਕਣਕ 7 ਸੈਂਟੀਮੀਟਰ ਡੰਗਾਈ ਤੇ ਵਿਜੀ ਸੀ ਉਹਦਾ ਝਾੜ 22% ਤੱਕ ਘੱਟ ਸੀਗਾ 9 ਸੈਂਟੀਮੀਟਰ ਦੇ ਡੂੰਘਾਈ ਤੇ ਜਿਹੜੀ ਕਣਕ ਬੀਜੀ ਗਈ ਲਗਭਗ ਇਹ ਇਨਕਲੋਂ ਪੌਣੇ 4 ਇੰਚ ਤੇ ਬੀਜੀ ਗਈ ਉਹਦਾ ਝਾੜ 62% ਤੱਕ ਘਟ ਪਿਆ ਗਿਆ ਤਾਂ ਕੁੱਲ ਮਿਲਾ ਕੇ ਇਹ ਚੀਜ਼ ਸਾਹਮਣੇ ਆਈ ਹੈ ਕਿ ਜੇਕਰ ਅਸੀਂ ਕਣਕ ਦੀ ਡੂੰਘਾਈ ਸਹੀ ਰੱਖਦੇ ਹਾਂ ਤਾਂ ਸਾਡਾ ਝਾੜ ਜਿਹੜਾ ਹੈਗਾ ਜ਼ਿਆਦਾ ਵਧੀਆ ਹੁੰਦਾ ਹੈ ਵੱਡੀ ਗੱਲ ਜਿਵੇਂ ਕਣਕ ਫਸਤੀ ਹੁੰਦੀ ਹੈ ਡੂੰਘਾਈ ਜਿਆਦਾ ਜਿਆਦਾ ਖਤਰਨਾਕ ਹੋ ਜਾਂਦੀ ਹੈ ਠੀਕ ਹੈ ਜੀ ਇਹ ਮਤਲਬ ਤੁਸੀਂ ਯਾਦ ਰੱਖ ਲਿਆ ਜੇ ਤੁਹਾਡਾ ਖੇਤ ਚੰਗੇ ਤਰੀਕੇ ਨਾਲ ਤਿਆਰ ਨਹੀਂ ਹੈਗਾ ਤਾਂ ਡੂੰਘਾਈ ਕੰਟਰੋਲ ਨਹੀਂ ਹੁੰਦੀ ਉਸ ਚੀਜ਼ ਤੋਂ ਬਚਣ ਵਾਸਤੇ ਬੀਜ ਦੀ ਮਾਤਰਾ ਪ੍ਰਤੀ ਕਿਲਾਸੀ ਵਧਾਉਣੀ ਹੈ ਠੀਕ ਹੈ ਜੀ ਹੁਣ ਗੱਲ ਕਰਦੇ ਆ ਕਿ ਡੂੰਘਾਈ ਰੱਖੀ ਕਿੰਨੀ ਆਵੇ ਜੇ ਤਾਂ ਆਮ ਤਰੀਕੇ ਦੇ ਨਾਲ ਡ੍ਰਿਲ ਦੇ ਨਾਲ ਤੁਸੀਂ ਬੀਜ ਰਹੇ ਹੋ ਡ੍ਰਿਲ ਦੇ ਨਾਲ ਕਣਕ ਬੀਜ ਰਹੇ ਹਾਂ ਤਾਂ ਕਣਕ ਦੀ ਡੂੰਘਾਈ 4 ਤੋਂ ਲੈ ਕੇ 6 ਸੈਂਟੀਮੀਟਰ ਤੱਕ ਰੱਖਣੀ ਹੈ। ਮਤਲਬ ਕਿ 1.6 ਇੰਚ ਤੋਂ ਲੈ ਕੇ 2.4 ਇੰਚ ਤੱਕ। ਤੇ ਬੈਸਟ ਕਿੱਥੇ ਹੈ? 5 ਸੈਂਟੀਮੀਟਰ ਮਤਲਬ ਕਿ 2 ਇੰਚ ਡੂੰਘਾਈ ਜਿਹੜੀ ਹੈਗੀ ਹੈ ਬੈਸਟ ਮੰਨੀ ਗਈ ਹੈ। ਜੇ ਤੁਸੀਂ ਕਣਕ ਨੂੰ ਦੂਰੀ ਬੀਜ ਰਹੇ ਹੋ ਮਤਲਬ ਕਿ ਇੱਕ ਸਾਈਡ ਤੋਂ ਪਹਿਲਾਂ ਇੱਕ ਸਾਈਡ ਵਿਜੀ ਗਈ ਮੁੜ ਕੇ ਦੂਜੀ ਸਾਈਡ ਤੇ ਕਿਉਂਕਿ ਇਸ ਤਰੀਕੇ ਨਾਲ ਕਿਹਾ ਜਾਂਦਾ ਕਿ ਝਾੜ ਵੱਧਾ ਹੈ ਤਾਂ ਦੂਰੀ ਬਜਾਈ ਦੇ ਵਿੱਚ ਕਣਕ ਦੀ ਡੰਗਾਈ 5 ਸੈਂਟੀਮੀਟਰ ਨਹੀਂ 4 ਸੈਂਟੀਮੀਟਰ ਹੀ ਰੱਖਣੀ ਹੈ ਮਤਲਬ ਕਿ 1.6 ਇੰਚ ਮਤਲਬ ਕਿ 2 ਇੰਚ ਤੋਂ ਥੱਲੇ ਰੱਖਣੀ ਹੈ ਜੇਕਰ ਦੂਰੀ ਬਜਾਈ ਦੇ ਵਿੱਚ ਡੰਗਾਈ ਜ਼ਿਆਦਾ ਰੱਖ ਦਿਓਗੇ ਤਾਂ ਨੁਕਸਾਨ ਹੋਏਗਾ ਹੈਪੀ ਸਿੱਡਰ ਹੁਣ ਹੈਪੀ ਸਿਡਰ ਦੇ ਵਿੱਚ ਕਈ ਵੀਰਾਂ ਦੇ ਝਾੜ ਬਹੁਤ ਸੋਹਣੇ ਰਹੇ ਐ ਤੇ ਕਈ ਵੀਰਾਂ ਦੇ ਝਾੜ ਘਟ ਗਏ। ਕਾਰਨ ਕੀ ਰਿਹਾ? ਕਾਰਨ ਇਹ ਸੀਗਾ ਕਿ ਖੇਤ ਆਮ ਵਰਗੇ ਸੀਗੇ। ਗਿੱਲ ਘੱਟ ਸੀਗੀ, ਗਿੱਲ ਲੱਭਦੇ ਲੱਭਦੇ ਡੂੰਗਾ ਵੀਤਾ ਤੇ ਡੂੰਗੀ ਵਿਜੀ ਹੋਈ ਕਨਕੁੱਗੀ ਪੂਰੀ ਨਹੀਂ ਯੁਗ ਕਨਕਪੂਰੀ ਨਹੀਂ ਯੁਗੀ ਤੇ ਝਾੜ ਉਹਨੇ ਘਾੜਾ ਦੇਣਾ ਸੀਗਾ। ਤਾਂ ਹੈਪੀ ਸਿਡਰ ਵਾਲੇ ਵੀਰ ਧਿਆਨ ਰੱਖਣ ਖੇਤ ਦੇ ਵਿੱਚ ਗਿੱਲ ਜ਼ਿਆਦਾ ਹੋਣੀ ਚਾਹੀਦੀ ਐ। ਜੇ ਜਿਆਦਾ ਗੱਲ ਹੋਏਗੀ ਤਾਂ ਹੀ ਜਿਹੜਾ ਹੈਗਾ ਕਣਕ ਸਹੀ ਉੱਗੇਗੀ ਤੇ ਹੈਪੀ ਸੀਡਰ ਦੇ ਨਾਲ ਜੇ ਕਣਕ ਬੀਜ ਰਹੇ ਹੋ ਤਾਂ ਡੇਢ ਤੋਂ 2 ਇੰਚ ਡੂੰਘੀ ਕਣਕ ਬੀਜਣੀ ਹੈ ਇਸ ਤੋਂ ਜ਼ਿਆਦਾ ਡੂੰਘਾ ਨਹੀਂ ਜਾਓਗੇ ਜੇ ਜ਼ਿਆਦਾ ਡੂੰਘਾ ਜਾਓਗੇ ਤਾਂ ਕਣਕ ਦੀ ਉੱਗਣ ਸ਼ਕਤੀ ਕਾਫੀ ਪ੍ਰਭਾਵਿਤ ਹੋਏਗੀ ਮਤਲਬ ਕਿ 3.5 4 ਤੋਂ ਲੈ ਕੇ 5 ਸੈਂਟੀਮੀਟਰ ਡੂੰਘੀ ਕਣਕ ਹੀ ਬੀਜੋ ਇਸ ਤੋਂ ਵੱਧ ਡੂੰਘੀ ਨਾ ਬੀਜੋ ਹੁਣ ਗੱਲ ਆਉਂਦੀ ਹੈ ਕਿ ਜੇ ਅਸੀਂ ਬਜਾਈ ਕਰਦੇ ਹਾਂ ਸੁਪਰ ਸੀਡਰ ਦੇ ਨਾਲ ਤਾਂ ਸੁਪਰ ਸੀਡਰ ਵਾਸਤੇ ਵੀ ਪਹਿਲੀ ਗੱਲ ਨੋਟ ਕਰਨ ਵਾਲੀ ਇਹ ਹੈਗੀ ਕਿ ਖੇਤ ਦੇ ਵਿੱਚ ਗਿੱਲ ਆਮ ਕੀਟ ਨਾਲ ਜ਼ਿਆਦਾ ਹੋਣੀ ਚਾਹੀਦੀ ਹੈ ਤੇ ਸੁਪਰ ਸੀਡਰ ਦੀ ਬਜਾਈ ਵੀ ਡੇਢ ਤੋਂ 2 ਇੰਚ ਡੂੰਗੀ ਹੋਣੀ ਚਾਹੀਦੀ ਹੈ ਜ਼ਿਆਦਾ ਡੰਗਾਈ ਤੇ ਨਹੀਂ ਹੋਣੀ ਚਾਹੀਦੀ ਡੇਢ ਤੋਂ 2 ਇੰਚ ਦਾ ਮਤਲਬ ਤੁਸੀਂ ਸਮਝ ਰਹੇ ਹੋ ਕਿ ਪੌਣੇ 4 ਤੋਂ ਲੈ ਕੇ 5 ਸੈਂਟੀਮੀਟਰ ਤੱਕ ਕਈ ਕਿਸਾਨ ਵੀ ਜ਼ੀਰੋ ਡ੍ਰਿਲ ਦੇ ਨਾਲ ਕਣਕ ਦੀ ਬਿਜਾਈ ਕਰਦੇ ਐ ਜ਼ੀਰੋ ਡ੍ਰਿਲ ਦੇ ਨਾਲ ਵੀ ਜਿਹੜਾ ਹੈਗਾ 1.5 ਤੋਂ 2 ਇੰਚ ਮਤਲਬ ਕਿ 4 ਤੋਂ ਜਾਂ 4 ਤੋਂ 6 ਸੈਂਟੀਮੀਟਰ ਦੇ ਲਗਭਗ ਤਾਂ 1.5 ਤੋਂ 2 ਇੰਚ ਹੀ ਜਿਹੜੀ ਡੰਗਾਈ ਹੈ ਉਹ ਬੈਸਟ ਹੈ ਤਾਂ ਜ਼ੀਰੋ ਡ੍ਰਿਲ ਦੇ ਵਿੱਚ ਕਈਆਂ ਵੀਰਾਂ ਦੀ ਜਿਹੜੀ ਡ੍ਰਿਲ ਹੈਗੀ ਹੈ ਉਹਦੇ ਸਿਆੜ ਪੂਰਾ ਖੁੱਲੇ ਹੁੰਦੇ ਆ ਉਤੋਂ ਜ਼ਿਆਦਾ ਚੌੜਾ ਰਹਿੰਦਾ ਹੈ ਤੇ ਜ਼ਿਆਦਾ ਚੜਾਈ ਰਹਿਣ ਕਰਕੇ ਜਿਹੜਾ ਬੀ ਹੈ ਉਹ ਵਧਾ ਨਹੀਂਗਾ ਤਾਂ ਉਹਦੇ ਵਿੱਚ ਫਿਰ 0 ਡਿਲ ਦੇ ਮਗਰਲੇ ਪਾਸੇ ਆਪਾਂ ਨੂੰ ਇੱਕ ਫੱਟੀ ਜੀ ਬੰਦਣੀ ਪੈਂਦੀ ਹੈ ਤੇ ਵੈਸੇ ਜਿਹੜਾ ਮੌਇਸਚਰ ਸਹੀ ਹੈ ਤਾਂ ਦਾਣੇ ਅਕਸਰ ਉੱਗ ਆਉਂਦੇ ਆ ਕੋਈ ਏਡੀ ਵੱਡੀ ਦਿੱਕਤ ਨਹੀਂ ਪਰੰਤੂ ਉੱਥੇ ਦਿੱਕਤ ਹੈ ਜਿੱਥੇ ਜਿਹੜੇ ਹੈਗੇ 0 ਡਿਲ ਦੇ ਸਿਆੜ ਜਿਹੜੇ ਚੌੜੇ ਕੀਤੇ ਗਏ ਆ ਜਿੱਥੇ ਭੀੜਾ ਉੱਥੇ ਕੋਈ ਦਿੱਕਤ ਨਹੀਂ ਕੁੱਲ ਮਿਲਾ ਕੇ ਤੁਸੀਂ ਮਹੱਤਵ ਦੇਖ ਚੁੱਕੇ ਹੋ ਤਾਂ ਜਿਹੜੀ ਬਿਜਾਈ ਹੈ ਉਹ 1.5 ਤੋਂ 2 ਇੰਚਾਂ ਲਈ ਹੀ ਬੈਸਟ ਹੈ ਤੇ 2 ਇੰਚ ਤੋਂ ਉੱਪਰ ਜਾਉਂਗੇ ਤਾਂ ਝਾੜ ਘਟਦਾ ਜੇ ਉਸ ਤੋਂ ਘੱਟ ਤੇ ਰਹਿਨੇ ਹੋ ਤਾਂ ਉੱਗਣ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਨੀ ਨਮੀ ਨਹੀਂ ਹੁੰਦੀ ਫਸਲ ਘਾਟ ਉਗਦੀ ਹੈ ਤੇ ਘਾਟ ਉਗਣ ਕਰਕੇ ਫਿਰ ਉਹਦਾ ਝਾੜ ਵੀ ਘਟ ਜਾਂਦਾ ਹੈ ਤਾਂ ਦੋਸਤੋ ਬਿਨਾ ਪੈਸਾ ਖਰਚ ਕੀਤੇ ਜੇ ਝਾੜ ਵਧਾਉਣਾ ਹੈ ਤਾਂ ਗਹਿਰਾਈ ਦਾ ਧਿਆਨ ਰੱਖ ਲਿਓ ਤੁਸੀਂ ਦੇਖ ਚੁੱਕੇ ਹੋ ਨਾ ਕਿ 5 ਸੈਂਟੀਮੀਟਰ ਮੱਕੇ 2 ਇੰਚ ਤੇ ਬੀਜਾਂ ਤੇ ਝਾੜ ਵੱਧ ਮਿਲਦਾ ਹੈ ਜੇ 7 ਸੈਂਟੀਮੀਟਰ ਤੇ ਬਜਾਈ ਕਰਦੇ ਹਾਂ ਤਾਂ ਤੁਹਾਡਾ 22% ਤੱਕ ਝਾੜ ਦੇਖ ਪੈਂਦਾ ਹੈ 9 ਸੈਂਟੀਮੀਟਰ ਦਾ ਜਾਨੀਓ ਤੇ 62% ਤੱਕ ਝਾੜ ਦੇਖ ਸਕਦਾ ਹੈ ਤਾਂ ਫਿਰ ਇੱਕੋ ਹੀ ਫਾਰਮੂਲਾ ਹੈ ਕਿ ਬਜਾਈ ਸਹੀ ਡੂੰਘਾਈ ਤੇ ਕਰੋ ਉਮੀਦ ਹੈ ਜਾਣਕਾਰੀ ਲਾਭਦਾਇਕ ਹੋਏਗੀ ਧੰਨਵਾਦ ਦੋਸਤੋ ਮਿਹਰਬਾਨੀ